ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅੱਜ ਅਸੀਂ 9ਵੀਂ ਕਲਾਸ ਦੀ ਪੁਸਤਕ ਵਿੱਚ ਦਰਜ ਸਰਦਾਰ ਚਰਨ ਸਿੰਘ ਸ਼ਹੀਦ ਦੀ ਲਿਖੀ ਹੋਈ ਕਵਿਤਾ ਇੱਕ ਪਿਆਲਾ ਪਾਣੀ ਦੀ ਪ੍ਰਸੰਗਤ ਵਿਆਖਿਆ ਤੇ ਪ੍ਰਸ਼ਨ ਉੱਤਰ ਕਰਾਂਗੇ ਇੱਕ ਪਿਆਲਾ ਪਾਣੀ ਅਕਬਰ ਨੂੰ ਦਰਬਾਰ ਬੈਠਿਆਂ ਤਰੈਨੇ ਬਹੁਤ ਸਤਾਇਆ ਸੈਨਤ ਹੁੰਦਿਆਂ ਨਫਰ ਪਿਆਲਾ ਜਲ ਠੰਡੇ ਦਾ ਲਿਆਇਆ ਪਕੜ ਪਿਆਲਾ ਬਾਦਸ਼ਾਹ ਨੇ ਮੂੰਹ ਨੂੰ ਚਾਹਿਆ ਲਾਣਾ ਪਾਸੋਂ ਬੋਲ ਵੀਰਬਲ ਉੱਠਿਆ જરા હાથ ਟਕਾਣਾ પ્રસંગ ਇਹ ਕਾਵ ਟੋਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਸਰਦਾਰ ਚਰਨ ਸਿੰਘ ਸ਼ਹੀਦ ਦੀ ਕਵਿਤਾ ਇੱਕ ਪਿਆਲਾ ਪਾਣੀ ਵਿੱਚੋਂ ਲਿਆ ਗਿਆ ਹੈ ਇਸ ਕਵਿਤਾ ਵਿੱਚ ਕਵੀ ਨੇ ਅਕਬਰ ਤੇ ਉਸਦੇ ਵਜ਼ੀਰ ਬੀਰਬਲ ਨਾਲ ਸੰਬੰਧਿਤ ਕਹਾਣੀ ਨੂੰ ਬਿਆਨ ਕੀਤਾ ਹੈ ਤੇ ਇਸ ਵਿੱਚ ਦੱਸਿਆ ਹੈ ਕਿ ਕੋਈ ਸਥਿਤੀ ਅਜੇ ਹੀ ਵੀ ਪੈਦਾ ਹੋ ਸਕਦੀ ਸੀ ਕੀ ਇੱਕ ਪਿਆਲੇ ਪਾਣੀ ਦੇ ਮੁੱਲ ਦੇ ਰੂਪ ਵਿੱਚ ਅਕਬਰ ਵਰਗੇ ਬਾਦਸ਼ਾਹ ਨੂੰ ਆਪਣੇ ਪੂਰੇ ਰਾਜ ਤੋਂ ਹੱਥ ਧੋਣੇ ਪੈਂਦੇ ਪਰ ਬੰਦਾ ਉਸ ਰੱਬ ਦੀ ਬਖਸ਼ਿਸ਼ ਦਾ ਕੋਈ ਮੁੱਲ ਨਹੀਂ ਪਾਉਂਦਾ ਜਿਸ ਨੇ ਉਸ ਲਈ ਅਨਮਿਣਿਆ ਤੇ ਅਨਤੋਲਿਆ ਪਾਣੀ ਦਿੱਤਾ ਹੈ ਵਿਆਖਿਆ ਅਕਬਰ ਨੂੰ ਦਰਬਾਰ ਬੈਠਿਆਂ ਤ੍ਰੈਨੇ ਬਹੁਤ ਸਤਾਇਆ ਕਵੀ ਲਿਖਦਾ ਹੈ ਕਿ ਮੁਗਲ ਬਾਦਸ਼ਾਹ ਅਕਬਰ ਜਦੋਂ ਆਪਣੇ ਦਰਬਾਰ ਵਿੱਚ ਬੈਠਾ ਸੀ ਤਾਂ ਉਸ ਨੂੰ ਪਿਆਸ ਨੇ ਬਹੁਤ ਤੰਗ ਕੀਤਾ ਸਹਿਨਤ ਹੁੰਦਿਆ ਨਫਰ ਪਿਆਲਾ ਸਹਿਨਤ ਪਾਵ ਇਸ਼ਾਰਾ ਨਫਰ ਨੌਕਰ ਜਲ ਠੰਡੇ ਦਾ ਲਿਆਇਆ ਬਾਦ ਕੀ ਅਕਬਰ ਦਾ ਇਸ਼ਾਰਾ ਹੋਣ ਦੀ ਢਿੱਲ ਸੀ ਕਿ ਨੌਕਰ ਠੰਡੇ ਪਾਣੀ ਦਾ ਪਿਆਲਾ ਲੈ ਕੇ ਹਾਜ਼ਰ ਹੋ ਗਿਆ ਪੱਕੜ ਪਿਆਲਾ ਬਾਦਸ਼ਾਹ ਨੇ ਮੂੰ ਨੂੰ ਚਾਇਆ ਲਾਣਾ ਜਦੋਂ ਬਾਦਸ਼ਾਹ ਨੇ ਨੌਕਰ ਦੇ ਹੱਥੋਂ ਪਾਣੀ ਦਾ ਪਿਆਲਾ ਲੈ ਕੇ ਉਸ ਨੂੰ ਮੂੰਹ ਨਾਲ ਲਾਉਣਾ ਚਾਇਆ ਤਾਂ ਪਾਸੋਂ ਬੋਲ ਬੀਰਬਲ ਉੱਠਿਆ ਜਰਾ ਹੱਥ ਟਿਕਾਣਾ ਤਾਂ ਉਸੇ ਸਮੇਂ ਹੀ ਕੋਲ ਬੈਠਾ ਵੀਰਵਲ ਬੋਲ ਪਿਆ ਉਹ ਬਾਦਸ਼ਾਹ ਨੂੰ ਕਹਿਣ ਲੱਗਾ ਕਿਉਂ ਕੁਝ ਧੇਰ ਲਈ ਪਾਣੀ ਪੀਣ ਤੋਂ ਰੁਕ ਜਾਣ ਪਹਿਲਾਂ ਦੱਸੋ ਆਪ ਇੱਕ ਗੱਲ ਜੇ ਪਾਣੀ ਮੁੱਕ ਜਾਵੇ ਵਿਆਖਿਆ ਬਿਰਭਲ ਨੇ ਬਾਦਸ਼ਾਹ ਅਕਬਰ ਨੂੰ ਕਿਹਾ ਕਿ ਉਹ ਪਾਣੀ ਦਾ ਕਟੋਰਾ ਮੂੰਹ ਨੂੰ ਲਾਉਣ ਤੋਂ ਪਹਿਲਾਂ ਉਸ ਦੇ ਇੱਕ ਪ੍ਰਸ਼ਨ ਦਾ ਉੱਤਰ ਦੇਣ ਪ੍ਰਸ਼ਨ ਇਹ ਹੈ ਕਿ ਜੇਕਰ ਪਾਣੀ ਮੁੱਕ ਜਾਵੇ ਸੈਂਕੜੇ ਕੋਹਾਂ ਤੱਕ ਯਤਨ ਕੀਤੀਆਂ ਇੱਕ ਬੂੰਦ ਨਾ ਥਿਆਵੇ ਥਿਆਵੇ ਪਾਵੇ ਨਾ ਲੱਭੇ ਦੂਸਰਾ ਪਰੇਸ਼ਨ ਇਹ ਹੈ ਕਿ ਜੇਕਰ ਪਾਣੀ ਮੁੱਕ ਜਾਵੇ ਤੇ ਸੈਂਕੜੇ ਕੋਹਾਂ ਤੱਕ ਯਤਨ ਕਰਨ ਦੇ ਬਾਵਜੂਦ ਵੀ ਪਾਣੀ ਦੀ ਇੱਕ ਬੂੰਦ ਨਾ ਲੱਭੇ অতি ਪਿਆਸ ਲੱਗੀ ਹੋਵੇ ਤਹਾਨੂੰ ਜਲਬਿਨ ਮਰਦੇ ਜਾਵੋ অতি ਮਤਲਬ ਬਹੁਤ ਜ਼ਿਆਦਾ ਉਧਰ ਤੁਹਾਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਵੇ ਤੇ ਤੁਹਾਨੂੰ ਪਾਣੀ ਤੋਂ ਬਿਨਾ ਮਰਨ ਹਾਰੇ ਹੋਏ ਇਸ ਤਰ੍ਹਾਂ ਤੜਫ ਰਹੇ ਹੋਵੋ ਜਿਵੇਂ ਮਾਹੀ ਵਾਂਗ ਆਬ ਬਿਨ ਤੜਫੇ ਉਲਟ ਬਾਜ਼ੀਆਂ ਖਾਵੋ ਮਾਹੀ ਪੱਵ ਮੱਛੀ ਆਬ ਪਾਣੀ ਜਿਸ ਤਰ੍ਹਾਂ ਕਿ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੋਈ ਉਲਟ ਬਾਜ਼ੀਆਂ ਖਾਂਦੀ ਹੋਵੇ ਸੱਚ ਦੱਸੋ ਜੇ ਉਸ ਵੇਲੇ ਕੋਈ ਇੱਕ ਪਿਆਲਾ ਲਿਆਵੇ ਕੀ ਕੁਝ ਦਿਓ ਹਜ਼ੂਰ ਉਸ ਨੂੰ ਕੀ ਕੀਮਤ ਉਹ ਪਾਵੇ ਤਾਂ ਉਹ ਸੱਚ ਦੱਸਨ ਕੀ ਜੇਕਰ ਉਸ ਵੇਲੇ ਕੋਈ ਪਾਣੀ ਦਾ ਇੱਕ ਪਿਆਲਾ ਉਹਨਾਂ ਨੂੰ ਲਿਆ ਕੇ ਦੇਵੇ ਤਾਂ ਹਜ਼ੂਰ ਉਸ ਨੂੰ ਕੀ ਦੇਣਗੇ ਉਸ ਦੇ ਲਿਆਦੇ ਦੁਰਲਭ ਪਾਣੀ ਦੇ ਪਿਆਲੇ ਦੀ ਕੀਮਤ ਉਸ ਨੂੰ ਕੀ ਮਿਲੇਗੀ ਹੱਸ ਕੇ ਅਕਬਰ ਕਹਿਣ ਲੱਗਾ ਜੇ ਐਸੀ ਦਸ਼ਾ ਵਿਆਪੇ ਭਾਵ ਕੀ बीरबल ਦਾ آپریشن ਸੁਣ ਕੇ ਅਕਬਰ ਨੇ ਕਿਹਾ ਕਿ ਜੇਕਰ ਅਜਿਹੀ ਹਾਲਤ ਪੇਸ਼ ਆਵੇ ਕਿ ਪਾਣੀ ਕਿਦਰੇ ਵੀ ਨਾ ਮਿਲਦਾ ਹੋਵੇ ਉਹ ਪਿਆਸ ਨਾ ਬੁਰੀ ਤਰ੍ਹਾਂ ਤੜਫ ਰਿਹਾ ਹੋਵੇ ਤੇ ਉਸੇ ਵੇਲੇ ਕੋਈ ਉਸ ਨੂੰ ਅਗਿਓ ਇੱਕ ਪਿਆਲਾ ਪਾਣੀ ਦਾ ਲੈ ਆਵੇ ਤਾਂ ਅੱਧਾ ਰਾਜ ਦੇ ਆਮਲ ਇਸ ਦਾ ਖੁਸ਼ੀ ਨਾਲ ਮੈਂ ਆਪੇ ਤਾਂ ਅਕਬਰ ਕਹਿੰਦਾ ਹੈ ਕੀ ਮੈਂ ਉਸ ਆਦਮੀ ਨੂੰ ਪਾਣੀ ਦੇ ਇੱਕ ਪਿਆਲੇ ਦੀ ਕੀਮਤ ਦੇ ਰੂਪ ਵਿੱਚ ਆਪਣਾ ਅੱਧਾ ਰਾਜ ਆਪਣੀ ਖੁਸ਼ੀ ਨਾਲ ਆਪੇ ਹੀ ਦੇ ਦੇਵਾਂ ਇਹ ਕਹਿ ਕੇ ਉਹ ਜਲਦਾ ਪਿਆਲਾ ਗਟਗਟ ਸ਼ਾਹ ਚੜਾਇਆ ਇਸ ਤਰ੍ਹਾਂ ਇਹ ਕਹਿ ਕੇ ਬਾਦਸ਼ਾਹ ਅਕਬਰ ਨੇ ਪਾਣੀ ਦਾ ਪਿਆਲਾ ਗਟਗਟ ਕਰਕੇ ਪੀ ਲਿਆ ਫਿਰ ਬੀਰਬਲ ਨੇ ਸ਼ਾਹ ਅੱਗੇ ਸਵਾਲ ਦੂਸਰਾ ਪਾਇਆ ਇਸ ਪਿੱਛੋਂ ਬੀਰਬਲ ਨੇ ਬਾਦਸ਼ਾਹ ਅਕਬਰ ਅੱਗੇ ਆਪਣਾ ਦੂਸਰਾ ਸਵਾਲ ਪਾ ਦਿੱਤਾ ਅਗਲਾ ਪੈਰਾ ਦਸੋਂ ਪਲਾਕੀਏ ਪਾਣੀ ਹੁਣ ਦੇ ਅੰਦਰ ਰੁਕ ਜਾਵੇ ਇਸ ਤੋਂ ਪਿੱਛੋਂ ਬੀਰਬਲ ਨੇ ਬਾਦਸ਼ਾਹ ਅੱਗੇ ਆਪਣਾ ਦੂਸਰਾ ਪ੍ਰਸ਼ਨ ਕਰਦਿਆਂ ਕਿਹਾ ਕਿ ਹੁਣ ਉਸ ਨੂੰ ਇਹ ਦੱਸਣ ਕੀ ਜੇਕਰ ਉਹਨਾਂ ਦੁਆਰਾ ਪੀਤਾ ਪਾਣੀ ਉਹਨਾਂ ਦੇ ਸਰੀਰ ਦੇ ਅੰਦਰ ਹੀ ਰੁਕ ਜਾਵੇ ਰੁਕ ਜਾਵੇ ਪੇਸ਼ਾਬ ਆਪ ਦਾ ਜਾਨ ਪਿਆ ਤੜਫਾਵੇ ਇਸ ਤਰ੍ਹਾਂ ਉਹਨਾਂ ਦਾ ਪੇਸ਼ਾਬ ਰੁਕ ਕੇ ਉਹਨਾਂ ਦੀ ਜਾਨ ਤੜਫਉਣ ਲੱਗੇ ਬਚਨ ਲਈ ਉਸ ਕਸ਼ਟੋਂ ਕਿੰਨੇ ਪੀਰ ਪਗੰਬਰ ਸੇਵੂ ਕਸ਼ਟੋਂ ਪਾਵ ਦੁੱਖ ਤੋਂ ਪੀਰ ਪੈਗੰਬਰ ਬਜ਼ੁਰਗ ਮਹਾਪੁਰਖ ਜਾਂ ਰੱਬ ਦਾ ਪੈਗਾਮ ਲਿਉਣ ਵਾਲੇ ਇਸ ਤਰ੍ਹਾਂ ਇਸ ਦੁੱਖ ਤੋਂ ਬਚਣ ਲਈ ਮਹਾਰਾਜ ਅਕਬਰ ਪੀਰਾਂ ਪੈਗੰਬਰਾਂ ਨੂੰ ਖੁਸ਼ ਕਰਨ ਵਾਲੇ ਧਾਰਮਿਕ ਕਰਮ ਕਾਟ ਕਰਨ ਲੱਗਣ ਤੇ ਜੇਕਰ ਇਸ ਸਮੇਂ ਕੋਈ ਉਹਨਾਂ ਦਾ ਕਸ਼ਟ ਦੂਰ ਕਰਨ ਦੇ ਬਦਲੇ ਉਹਨਾਂ ਦੀ ਕੀ ਸੇਵਾ ਸੇਵੋਪਾਵ ਕੀ ਸੇਵਾ ਕਰਨਗੇ ਅੱਗਾ ਰਾਜ ਮੰਗੇ ਜੇ ਕੋਈ ਦੇਵੋ ਜਾਂ ਨਾ ਦੇਵੋ ਅਗਰ ਉਹ ਤੁਹਾਡੇ ਕਸ਼ਟ ਨੂੰ ਦੂਰ ਕਰਨ ਦੇ ਬਦਲੇ ਤਹੌਤੋਂ ਅੱਧਾ ਰਾਜ ਮੰਗੇ ਤਾਂ ਕੀ ਉਹ ਦੇਣਗੇ ਜਾਂ ਨਹੀਂ ਚਕ੍ਰਿਤ ਹੋ ਕੇ ਸ਼ਾਹ ਬੋਲਿਆ ਜਰਾ ਢਿੱਲਣਾ ਲਾਵਾਂ ਬੇਸ਼ੱਕ ਅੱਧਾ ਰਾਜ ਭਾਗ ਮੈਂ ਫੌਰਨ ਪੇਟ ਕਰਾਵਾਂ ਇਹ ਸੁਣ ਕੇ ਬਾਦਸ਼ਾਹ ਅਕਬਰ ਨੇ ਹੈਰਾਨ ਹੋ ਕੇ ਬੀਰਬਲ ਨੂੰ ਉੱਤਰ ਦਿੱਤਾ ਕਿ ਜੇਕਰ ਉਸ ਨੂੰ ਪੇਸ਼ਾਬ ਰੁਕਣ ਦਾ ਕਸ਼ਟ ਹੋ ਜਾਵੇ ਦੇ ਉਹ ਇਸ ਕਸ਼ਟ ਨੂੰ ਦੂਰ ਕਰਨ ਵਾਲੇ ਨੂੰ ਬਿਨਾਂ ਕਿਸੇ ਸੰਦੇਹ ਤੋਂ ਬਿਨਾਂ ਕਿਸੇ ਦੇਰੀ ਤੋਂ ਇੱਕਦਮ ਅੱਧਾ ਰਾਜ ਦੇ ਦੇਣਗੇ ਹੱਸ ਕੇ ਆਕੇ ਬੀਰਬਲ ਫਿਰ ਇਸ ਤੋਂ ਸਾਬਤ ਹੋਇਆ ਇੱਕ ਪਿਆਲੇ ਜਲ ਦਾ ਮੁੱਲ ਹੈ ਰਾਜ ਤੋਡਾ ਗੋਇਆ ਵਿਆਖਿਆ ਬਾਦਸ਼ਾਹ ਅਕਬਰ ਨੇ ਜਦੋਂ ਬੀਰਬਲ ਦੁਆਰਾ ਕਿਤੇ ਪ੍ਰੇਸ਼ਨਾਵਾਂ ਦੇ ਉੱਤਰ ਦਿੰਦਿਆਂ ਕਿਹਾ ਕੀ ਉਹ ਆਪਣਾ ਅੱਧਾ ਰਾਜ ਸੰਕਟ ਦੀ ਹਾਲਤ ਵਿੱਚ ਦੁਰਲਭ ਪਾਣੀ ਦਾ ਇੱਕ ਪਿਆਲਾ ਲਿਉਣ ਵਾਲੇ ਨੂੰ ਤੇ ਅੱਧਾ ਸਰੀਰ ਵਿੱਚ ਰੁਕੇ ਪਾਣੀ ਅਰਥਾਤ ਪੇਸ਼ਾਬ ਦੇ ਕਸ਼ਟ ਨੂੰ ਦੂਰ ਕਰਨ ਵਾਲੇ ਨੂੰ ਖੁਸ਼ੀ ਨਾਲ ਦੇ ਦੇਣਗੇ ਤਾਂ ਬਿਰਭਲ ਨੇ ਹੱਸ ਕੇ ਕਿਹਾ ਕਿ ਉਸ ਦੇ ਉੱਤਰਾਂ ਤੋਂ ਇਹ ਸਾਬਤ ਹੁੰਦਾ ਹੈ ਕੀ ਪਾਣੀ ਦਾ ਇੱਕ ਪਿਆਲੇ ਦਾ ਮੁੱਲ ਉਸ ਦੇ ਪੂਰੇ ਦੇ ਪੂਰੇ ਰਾਜ ਦਾ ਹੈ ਜੇਕਰ ਇਹ ਇੱਕ ਪਿਆਲੇ ਜਲ ਦਾ ਮੁੱਲ ਇੱਕ ਮਹਾਨ ਰਾਜੇ ਦਾ ਸਾਰਾ ਰਾਜਪਾਗ ਹੋ ਸਕਦਾ ਹੈ ਤਾਂ ਜੋ ਅਨਮਿਣਿਆ ਤੋਲਿਆ ਇਹ ਜਲ ਸਭ ਨੂੰ ਮੁਫਤ ਪਹੁੰਚਾਵੇ ਉਸ ਰੱਬ ਸੁਥਰੇ ਦੀ ਬਖਸ਼ਿਸ਼ ਦਾ ਬੰਦਾ ਕੀ ਮੁੱਲ ਪਾਵੇ ਤਾਂ ਬੀਰਬਲ ਕਹਿੰਦਾ ਹੈ ਕਿ ਬੰਦਾ ਉਸ ਪਰਮਾਤਮਾ ਦੀ ਬਖਸ਼ਿਸ਼ ਦਾ ਮੁੱਲ ਪਾਉਣ ਦੀ ਰਤਾ ਪਰ ਸਮਰਥਾ ਨਹੀਂ ਰੱਖਦਾ ਜਿਹੜਾ ਕਿ ਸਾਰੀ ਦੁਨੀਆ ਨੂੰ ਇੰਨਾ ਪਾਣੀ ਦਿੰਦਾ ਹੈ ਜਿਹੜਾ ਕਿ ਨਾ ਤਾਂ ਮਿਨਿਆ ਜਾ ਸਕਦਾ ਹੈ ਤੇ ਨਾ ਹੀ ਤੋਲਿਆ ਜਾ ਸਕਦਾ ਹੈ ਇੱਕ ਪਿਆਲਾ ਪਾਣੀ ਕਵਿਤਾ ਦਾ ਕੇਂਦਰੀ ਭਾਗ ਜੇਕਰ ਸੰਕਟ ਦੀ ਸਥਿਤੀ ਵਿੱਚ ਪਾਣੀ ਦੇ ਇੱਕ ਪਿਆਲੇ ਦੀ ਕੀਮਤ ਅਕਬਰ ਵਰਗੇ ਬਾਦਸ਼ਾਹ ਦਾ ਸਮੁੱਚਾ ਰਾਜ ਹੋ ਸਕਦੀ ਹੈ ਤਾਂ ਬੰਦਾ ਉਸ ਪਰਮਾਤਮਾ ਦੀ ਬਖਸ਼ਿਸ਼ ਦਾ ਮੁੱਲ ਪਾਉਣ ਦੀ ਸਮਰੱਥਾ ਨਹੀਂ ਰੱਖਦਾ ਜਿਹੜਾ ਕਿ ਉਸ ਨੂੰ ਅਨਮਿਣਿਆ ਤੇ ਅਨਤੋਲਿਆ ਪਾਣੀ ਦਿੰਦਾ ਹੈ ਅੱਗੇ ਕੁਐਸਚਨ ਆਨਸਰ ਫਰਸਟ ਕੁਐਸਚਨ ਇੱਕ ਪਿਆਲਾ ਪਾਣੀ ਗਲਤ ਫਹਿਮੀਆਂ ਕਵਿਤਾ ਕਿਸ ਦੇ ਲਿਖੀ ਹੋਈ ਹੈ ਪਾਈ ਵੀਰ ਸਿੰਘ ਤਨੀ ਰਾਮ ਚਾਤਰੀਕ ਕਿਰਪਾ ਸਾਗਰ ਸਰਦਾਰ ਚਰਨ ਸਿੰਘ ਸ਼ਹੀਦ ਉੱਤਰ ਸਰਦਾਰ ਚਰਨ ਸਿੰਘ ਸ਼ਹੀਦ ਅਗਲਾ ਕੁਐਸਚਨ ਅਕਬਰ ਕਿੱਥੇ ਬੈਠਾ ਸੀ ਉੱਤਰ ਦਰਬਾਰ ਵਿੱਚ ਅਗਲਾ ਕੁਐਸਚਨ ਅਕਬਰ ਨੂੰ ਕਿਸ ਚੀਜ਼ ਨੇ ਸਤਾਇਆ ਸੀ ਭਾਵ ਕੀ ਤੰਗ ਕੀਤਾ ਸੀ ਉੱਤਰ ਤਰੇ ਨਹੀਂ ਭਾਵ ਪਿਆਸ ਨੇ ਅਗਲਾ ਕੁਐਸਚਨ ਠੰਡੇ ਪਾਣੀ ਦਾ ਪਿਆਲਾ कौन ले आया उत्तर नौकर नेक्स्ट क्वेश्चन अकबर ਨੂੰ ਜਰਾ ਹੱਥ ਟਕਾਣਾ ਕਿਸ ਨੇ ਕਿਹਾ ਉੱਤਰ ਬੀਰਬਲ ਨੇ ਅਗਲਾ ਕੁਐਸਚਨ ਬੀਰਬਲ ਨੇ ਅਕਬਰ ਨੂੰ ਦੋ ਸਵਾਲ ਕੀਤੇ ਇਹ ਕਥਨ ਸਹੀ ਹੈ ਜਾਂ ਗਲਤ ਉੱਤਰ ਸਹੀ नेक्स्ट क्वेश्चन ਬੀਰਬਲ ਦਾ ਪਹਿਲਾ ਸਵਾਲ ਕਿਸ ਗੱਲ ਨਾਲ ਸੰਬੰਧਿਤ ਸੀ ਉੱਤਰ ਤਰੇ ਨਾਲ नेक्स्ट क्वेश्चन ਬਿਰਬਲ ਦੇ ਦੂਜੇ ਸਵਾਲ ਦਾ ਸਬੰਧ ਕਾਦੇ ਨਾਲ ਸੀ ਉੱਤਰ ਅਕਬਰ ਦਾ ਪੇਸ਼ਾਬ ਰੁਕਨ ਨਾਲ ਅਗਲਾ ਕੁਐਸਚਨ ਇੱਕ ਪਿਆਲੇ ਪਾਣੀ ਦਾ ਮੁੱਲ ਕੀ ਪਿਆ ਉੱਤਰ ਅਕਬਰ ਦਾ ਅੱਦਾ ਰਾਜ ਅਗਲਾ ਕੁਐਸਚਨ ਰੱਬ ਨੇ ਬੰਦੇ ਨੂੰ ਕਿੰਨਾ ਪਾਣੀ ਦਿੱਤਾ ਹੈ ਉੱਤਰ ਅਨਮਿਣਿਆਂ ਤੇ ਅਨਤੋਲਿਆ ਨੈਕਸਟ ਕੁਐਸਚਨ ਬੰਦਾ ਕਿਸਤਾ ਮੁੱਲ ਪਾਉਣ ਦੀ ਰਤਾ ਵੀ ਸਮਰੱਥਾ ਨਹੀਂ ਰੱਖਦਾ ਉੱਤਰ ਰੱਬ ਦੀਆਂ ਬਖਸ਼ਿਸ਼ਾਂ ਦਾ ਇਸ ਤਰ੍ਹਾਂ ਬੱਚਿਓ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਕਵਿਤਾ ਚੰਗੀ ਤਰ੍ਹਾਂ ਸਮਝ ਲੱਗ ਚੁੱਕੀ ਹੋਵੇਗੀ ਅਗਲੀ ਵੀਡੀਓ ਵਿੱਚ ਅਸੀਂ ਅਗਲੀ ਕਵਿਤਾ ਕਰਾਂਗੇ ਧੰਨਵਾਦ